ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੱਜਣ ਸਿੰਘ ਚੀਮਾ, ਬਾਸਕਟਬਾਲ ਦਾ ਪਲੇਅਰ। ਮੇਰਾ ਅੱਜ ਜਿਹੜਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਅੱਜ ਮੈਨੂੰ ਪੰਜਾਬ ਸਟੇਟ ਸਪੋਰਟਸ ਕੌਂਸਲ ਵੱਲੋਂ ਇੱਕ ਚਿੱਠੀ ਮਿਲੀ ਹੈ ਕਿ ਜੇ ਤੁਸੀਂ ਐਲੀਜੀਬਲ ਹੋ ਪੈਨਸ਼ਨ ਵਾਸਤੇ, ਜਿਹੜੀ ਵੈਟਰਨ ਸਪੋਰਟਸਮੈਨ ਨੂੰ ਦਿੱਤੀ ਜਾਂਦੀ ਹੈ, ਪਲੇਅਰਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਸੀਗੀ ਅਤੇ ਉਹ ਅਸੀਂ ਵਧਾ ਦਿੱਤੀ ਹੈ ਪੈਨਸ਼ਨ, ਅਤੇ ਉਹਦੇ ਲਈ ਤੁਸੀਂ ਆਪਣੇ ਡਾਕੂਮੈਂਟਸ ਭੇਜ ਕੇ ਜਿਹੜਾ ਉਹ ਪੈਨਸ਼ਨ ਲੈ ਸਕਦੇ। ਇਸ ਤੋਂ ਪਹਿਲਾਂ ਸਾਨੂੰ ਜਿਹੜੇ ਖਿਡਾਰੀ ਨੇ ਜਿਨ੍ਹਾਂ ਨੇ ਓਲੰਪਿਕ 'ਚ ਮੈਡਲ ਲਏ, ਏਸ਼ੀਅਨ ਗੇਮਾਂ 'ਚ ਮੈਡਲ ਲਏ ਔਰ ਬਹੁਤ ਅਚੀਵਮੈਂਟ ਸੀ, ਉਹਨਾਂ ਨੂੰ ਜਿਹੜੀਆਂ ਪੈਨਸ਼ਨ ਮਿਲ ਰਹੀ ਸੀ 1200 ਰੁਪਇਆ, 1000 ਰੁਪਇਆ, 600 ਰੁਪਇਆ, ਇੰਨੀ ਕੁ ਪੈਨਸ਼ਨ ਮਿਲ ਰਹੀ ਸੀ। ਔਰ ਮੌਜੂਦਾ ਸਰਕਾਰ ਨੇ ਬੜੀ ਪਬਲਿਸਿਟੀ ਕੀਤੀ ਕਿ ਅਸੀਂ ਖਿਡਾਰੀਆਂ ਦਾ ਬਹੁਤ ਭਲਾ ਕੀਤਾ ਅਤੇ ਹੁਣ ਅਸੀਂ ਜਿਹੜੀ ਪੈਨਸ਼ਨ ਹੈ ਓਲੰਪਿਕਸ ਦੇ ਮੈਡਲਿਸਟ ਨੂੰ 15,000 ਔਰ ਜਿਹੜਾ ਕਾਮਨਵੈਲਥ ਏਸ਼ੀਅਨ ਗੇਮ ਦੇ ਵਿੱਚ ਮੈਡਲ ਜਿੱਤਦਾ ਉਹਨਾਂ ਨੂੰ 7,500 ਔਰ ਜਿਹੜਾ ਪਿਛਲੀਆਂ ਨੈਸ਼ਨਲ ਗੇਮਸ, 5 ਨੈਸ਼ਨਲ ਗੇਮਸ ਦੇ ਵਿੱਚ 2 ਮੈਡਲ ਨੇ ਉਹਨਾਂ ਨੂੰ ਅਸੀਂ 5,000 ਰੁਪਇਆ ਪੈਨਸ਼ਨ ਕਰ ਦਿੱਤੀ ਹੈ। ਬਹੁਤ ਵੱਡਾ ਅਸੀਂ ਪਲੇਅਰਾਂ ਦਾ ਜਿਹੜਾ ਉਹ ਉਹਨਾਂ ਵਾਸਤੇ ਕੀਤਾ। ਸੋ ਉਹਦੇ ਵਿੱਚ ਮੈਂ ਜਦੋਂ ਧਿਆਨ ਨਾਲ ਪੜਿਆ ਅਤੇ ਸ਼ਰਤਾਂ ਦੇਖੀਆਂ ਤੇ ਮੈਨੂੰ ਹੈਰਾਨਗੀ ਹੋਈ ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਸਾਰੇ ਪੰਜਾਬ ਦੇ ਵਿੱਚੋਂ ਇੱਕ ਵੀ ਪਲੇਅਰ ਇਸ ਪੈਨਸ਼ਨ ਲਈ ਐਲੀਜੀਬਲ ਨਹੀਂ ਹੈ। ਇਹਦੇ ਵਿੱਚ ਜਿਹੜੀ ਇੱਕ ਸ਼ਰਤ ਰੱਖੀ ਹੈ ਉਹ ਇਹ ਹੈ ਕਿ 40 ਸਾਲ ਤੋਂ ਪਹਿਲਾਂ ਇਹ ਪੈਨਸ਼ਨ ਲਈ ਕੋਈ ਐਲੀਜੀਬਲ ਨਹੀਂ ਪਲੇਅਰ। ਇਹਦਾ ਮਤਲਬ ਇਹ ਹੈ ਕਿ ਦੂਸਰੀ ਸ਼ਰਤ ਜਿਹੜੀ ਇਹਨਾਂ ਨੇ ਰੱਖੀ ਹੈ ਉਹ ਰੱਖੀ ਹੈ ਕਿ 6 ਲੱਖ ਤੋਂ ਵੱਧ ਉਹਦੀ ਕਮਾਈ ਨਹੀਂ ਹੋਣੀ ਚਾਹੀਦੀ ਸਾਲ ਦੀ। ਤੀਜੀ ਸ਼ਰਤ ਜਿਹੜੀ ਹੈ ਉਹ ਇਹ ਰੱਖੀ ਹੈ ਕਿ ਜਿਹੜਾ ਕਿਸੇ ਤਰ੍ਹਾਂ ਦੀ ਵੀ ਗਵਰਨਮੈਂਟ ਜੋਬ ਜਿਹੜਾ ਕਰਦਾ, ਨੌਕਰੀ 'ਚੋਂ ਪੈਨਸ਼ਨ ਲਈ ਹੈ ਉਹ ਵੀ ਐਲੀਜੀਬਲ ਨੇ। ਹੁਣ ਮੈਂ ਇੱਥੇ ਪੁੱਛਣਾ ਚਾਹੁੰਦਾ ਕਿ ਇੱਕ ਓਲੰਪਿਕਸ ਦੇ ਵਿੱਚ ਮੈਡਲ ਲੈਂਦਾ, ਏਸ਼ੀਅਨ ਗੇਮਾਂ ਦੇ ਵਿੱਚ ਮੈਡਲ ਲੈਂਦਾ, ਕਾਮਨਵੈਲਥ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਕੋਈ ਮੈਡਲਿਸਟ ਹੈ ਅਤੇ ਉਹ ਇੰਨੀ ਕੁ ਤਾਂ ਨੌਕਰੀ ਉਹਨੂੰ ਮਿਲ ਗਈ ਹੋਗੀ ਕਿ ਜਿਹੜਾ 50,000 ਰੁਪਇਆ ਉਹ ਮਹੀਨੇ ਦੀ ਨੌਕਰੀ 'ਤੇ ਪੱਕਾ ਮਿਲ ਗਈ ਹੋਊ। ਜੇ ਉਹ ਕਾਂਸਟੇਬਲ ਵੀ ਭਰਤੀ ਹੁੰਦਾ ਤਾਂ 30,000 ਤੋਂ 60,000 ਤੱਕ ਉਹ 15-16 ਸਾਲ ਦੀ ਨੌਕਰੀ 'ਤੇ ਆਰਾਮ ਨਾਲ ਪਹੁੰਚੂਗਾ। ਇਹਦਾ ਮਤਲਬ ਇਹ ਹੈ ਕਿ ਉਹ ਜੇ 6 ਲੱਖ ਕਮਾਉਂਦਾ ਅਤੇ ਉਹ ਕਾਂਸਟੇਬਲ ਵੀ ਭਰਤੀ ਹੁੰਦਾ ਮੈਡਲਿਸਟ, ਅਤੇ ਉਹ ਵੀ ਇਸ ਕੈਟਾਗਰੀ ਇਸ ਸ਼ਰਤ ਕਰਕੇ ਉਹ ਪੈਨਸ਼ਨ ਦਾ ਹੱਕਦਾਰ ਨਹੀਂ ਹੈ। ਅਗਰ ਕੋਈ ਓਲੰਪਿਕਸ ਖਿਡਾਰੀ, ਕੋਈ ਏਸ਼ੀਅਨ ਗੇਮ ਮੈਡਲਿਸਟ, ਜਿਹੜੇ ਉਹ ਖਿਡਾਰੀ ਸੇਮ ਖਿਡਾਰੀ ਜਿਹੜੇ ਨੇ ਅਗਰ ਆਪਣਾ ਨੌਕਰੀ ਚਲੋ ਨਹੀਂ ਕਰਦੇ, ਬਿਜ਼ਨਸ ਵੀ ਕਰਦੇ ਨੇ, ਤਾਂ ਇੰਨਾ ਤਾਂ ਹੋ ਨਹੀਂ ਸਕਦਾ ਵੀ ਉਹ 6 ਲੱਖ ਨਾ ਕਮਾਉਂਦੇ ਹੋਣ। ਸੋ ਇਹ ਸ਼ਰਤ, ਇਹਦਾ ਮਤਲਬ ਇਹ ਹੈ ਕਿ ਓਲੰਪਿਕਸ ਮੈਡਲਿਸਟ ਖਿਡਾਰੀ, ਏਸ਼ੀਅਨ ਗੇਮ ਮੈਡਲਿਸਟ ਖਿਡਾਰੀ, ਵਰਲਡ ਚੈਂਪੀਅਨਸ਼ਿਪ ਦਾ ਮੈਡਲਿਸਟ ਖਿਡਾਰੀ ਭੁੱਖਾ ਮਰਨਾ ਚਾਹੀਦਾ, ਬੇਰੁਜ਼ਗਾਰ ਹੋਣਾ ਚਾਹੀਦਾ, ਤਾਂ ਅਸੀਂ ਉਹਨੂੰ ਪੈਨਸ਼ਨ ਦੇਵਾਂਗੇ। ਇਹਦਾ ਮਤਲਬ ਸਿੱਧਾ ਸਿੱਧਾ ਇਹ ਨਿਕਲਦਾ। ਦੂਜੀ ਗੱਲ ਜਿਹੜੀ ਇਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਉਹ ਪੈਨਸ਼ਨ ਲੈ ਰਿਹਾ। ਹੁਣ ਖਿਡਾਰੀ ਆਮ ਤੌਰ 'ਤੇ ਨੌਕਰੀਆਂ 'ਤੇ ਕਰਦੇ ਹੀ ਨੇ, ਜਿਹੜੇ ਆ ਉਹਨਾਂ ਨੂੰ ਅਲੱਗ ਅਲੱਗ ਮਹਿਕਮਿਆਂ 'ਚ ਸਪੋਰਟਸ ਕੋਟੇ 'ਚ ਨੌਕਰੀ ਮਿਲ ਜਾਂਦੀ। ਹੁਣ ਉਹਦੇ ਵਿੱਚ ਇਹ ਹੈ ਕਿ ਸਾਡੇ ਵਰਗੇ ਆ ਗਏ ਜਿਹੜੇ ਰਿਟਾਇਰ ਨੇ ਅਤੇ ਅਸੀਂ ਪੈਨਸ਼ਨ ਲੈ ਰਹੇ ਹਾਂ, ਅਸੀਂ ਐਲੀਜੀਬਲ ਨਹੀਂ। ਸੋ ਮੈਂ ਇੱਥੇ ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਮੈਨੂੰ ਸਪੋਰਟਸ ਮਿਨਿਸਟਰ ਸਾਹਿਬ ਜਾਂ ਕੈਪਟਨ ਸਾਹਿਬ ਜਾਂ ਡਾਇਰੈਕਟਰ ਸਪੋਰਟਸ, ਜਦੋਂ ਇਹ ਪੈਨਸ਼ਨਾਂ ਲਾਗੂ ਕਰਨਗੇ, ਸਕੀਮ ਦੇ ਮੁਤਾਬਕ ਜਦੋਂ ਪੈਨਸ਼ਨਾਂ ਚਾਲੂ ਕਰਨਗੇ, ਤਾਂ ਮੈਨੂੰ ਪਲੀਜ਼ ਇੰਨਾ ਕੁ ਦੱਸ ਦੇਣ ਵੀ ਕਿੰਨੇ ਖਿਡਾਰੀਆਂ ਨੂੰ ਪੈਨਸ਼ਨ ਮਿਲੀ ਹੈ। ਔਰ ਮੈਂ ਦਾਅਵੇ ਨਾਲ ਕਹਿੰਦਾ 1 ਵੀ ਖਿਡਾਰੀ ਨੂੰ ਇਸ ਪੈਨਸ਼ਨ ਲਈ ਐਲੀਜੀਬਲ ਨਹੀਂ ਇਹਨਾਂ ਸ਼ਰਤਾਂ ਦੇ ਮੁਤਾਬਕ। ਔਰ ਮੈਨੂੰ ਅਫਸੋਸ ਹੈ
ਕਿ ਚਾਰ ਟੌਪ ਦੇ ਖਿਡਾਰੀ ਆ ਸਰਕਾਰ ਦੇ ਵਿੱਚ, ਸਰਦਾਰ ਨਵਜੋਤ ਸਿੰਘ ਸਿੱਧੂ, ਸਰਦਾਰ ਮਨਪ੍ਰੀਤ ਸਿੰਘ ਬਾਦਲ, ਸਰਦਾਰ ਪ੍ਰਗਟ ਸਿੰਘ ਔਰ ਰਾਣਾ ਗੁਰਮੀਤ ਸਿੰਘ ਸੋਢੀ, ਜਿਹੜੇ ਸਪੋਰਟਸ ਮਿਨਿਸਟਰ ਨੇ, ਔਰ ਇਹ ਪਾਲਿਸੀ ਉਹਨਾਂ ਨੇ ਪਾਸ ਕੀਤੀ ਹੈ, ਉਹਨਾਂ ਦੀ ਹਾਜ਼ਰੀ ਵਿੱਚ ਹੋਈ ਹੈ। ਔਰ ਇਹਦੇ ਨਾਲ ਮੈਂ ਕਹਿੰਦਾ ਵੀ ਸ਼ਰੇਆਮ ਧੋਖਾ ਬੇਈਮਾਨੀ ਦਿਸਦੀ ਹੈ ਅਤੇ ਜਾਂ ਅਗਿਆਨਤਾ ਦਿਸਦੀ ਹੈ, ਇਹ ਉਹਨਾਂ ਨੂੰ ਪਤਾ ਕੱਖ ਨਹੀਂ ਹੈ। ਕਿਸੇ ਨੂੰ ਵੀ, ਸਰਕਾਰ ਨੂੰ, ਜਿਹੜੇ ਆਫਿਸਰ ਨੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਤੁਸੀਂ ਕਰ ਕੀ ਰਹੇ ਹੋ, ਇਹ ਕਿੱਦਾਂ ਤੁਸੀਂ ਇਹ ਪਾਲਿਸੀ ਜਿਹੜੀ ਹੈ ਇਹ ਲਾਗੂ ਕਰ ਦਿੱਤੀ ਹੈ ਕਿ ਤੁਹਾਨੂੰ ਪੈਸਾ, ਇੱਕ ਵੀ ਪੈਸਾ ਜਿਹੜਾ ਕਿਸੇ ਨੂੰ ਖਿਲਾੜੀ ਨੂੰ ਇਹ ਦੇ ਹੀ ਨਹੀਂ ਸਕਦੇ। ਸੋ ਮੈਂ ਇਹ ਸਮਝਦਾ ਕਿ ਬਹੁਤ ਵੱਡਾ ਧੋਖਾ ਹੈ, ਔਰ ਮੈਂ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਜਿਹੜੀ ਹੈ ਵੀਡੀਓ, ਤਾਂ ਕਿ ਸਰਕਾਰ ਦੇ ਕੋਲ ਪਹੁੰਚੇ ਔਰ ਇਹ ਦੁਬਾਰਾ ਸੋਚਣ ਕਿ ਇਹ ਜਿਹੜੀ ਪੈਨਸ਼ਨ ਹੈ ਇਹ ਇੱਕ ਮਾਣ ਹੁੰਦਾ, ਇੱਜ਼ਤ ਹੁੰਦਾ, ਅਤੇ ਉਹ ਜਿਹੜੀ ਹੈ ਉਹ ਇੱਕ ਇੱਜ਼ਤ ਦੇ ਨਾਲ ਖਿਲਵਾੜ ਹੈ, ਇੱਕ ਮਜ਼ਾਕ ਹੈ ਸਾਡੇ ਨਾਲ, ਸਾਡੇ ਖਿਡਾਰੀਆਂ ਦੇ ਨਾਲ ਮਜ਼ਾਕ।